ਕਰ ਦੋਗੇ? ਅੱਜ ਤੁਹਾਡੀ ਪਰਸਨਲ ਮੀਟਿੰਗ ਸੀ, ਕੀ ਏਜੰਡਾ ਸੀ ਸਾਹਮਣੇ? ਜਿਹੜੀ ਸਾਡੀ ਅੱਜ ਮੀਟਿੰਗ ਸੀਗੀ ਜੀ, ਅੱਜ ਸਾਡੀ ਮੰਥਲੀ ਮੀਟਿੰਗ ਸੀਗੀ ਦੀ ਰੈਵਨਿਊ ਪਟਵਾਰ ਯੂਨੀਅਨ ਦੀ। ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਸਾਲ 10 ਮਹੀਨੇ ਪਹਿਲਾਂ ਸਾਡੇ 'ਤੇ ਐਸਮਾ ਲਗਾਤਾ ਸੀਗਾ ਪੰਜਾਬ ਸਰਕਾਰ ਨੇ। ਉਹ ਐਸਮਾ ਦਾ ਗਰਾਊਂਡ ਇਹ ਬਣਾਇਆ ਸੀ ਵੀ ਪਟਵਾਰੀਆਂ ਨੇ ਗਦਾਵਰੀ ਨਹੀਂ ਕੀਤੀ ਹੜ੍ਹਾਂ ਦਾ ਸਮਾਂ। ਅਸੀਂ ਉਦੋਂ ਵੀ ਕਲੀਅਰ ਕੀਤਾ ਸੀ ਮੀਡੀਆ ਨੂੰ ਕਿ ਅਸੀਂ ਹੜ੍ਹਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਆਪ ਰਿਲੀਫ ਕੀਤੀ ਆ, ਸਾਡੇ ਪਟਵਾਰੀ ਸਾਹਿਬਾਨ ਕਿਸ਼ਤੀਆਂ ਦੇ ਵਿੱਚ, ਸਾਡੇ ਪਟਵਾਰੀ ਸਾਹਿਬਾਨ ਆਪਦੇ ਵਹੀਕਲਾਂ ਦੇ ਉੱਪਰ ਰਿਲੀਫ ਦੇਣ ਵਾਸਤੇ ਕਹਿੰਦੇ, ਕਿਉਂਕਿ ਸਾਡੇ ਪੰਜਾਬ ਦੇ ਕਿਸਾਨਾਂ ਦਾ ਮਸਲਾ, ਸਾਡੇ ਪੰਜਾਬ ਦਾ ਮਸਲਾ। ਅਸੀਂ ਉਹ ਗਦਾਵਰੀ ਕਰਕੇ ਸਾਰੇ ਅਸੈਸਮੈਂਟ ਪੰਜਾਬ ਸਰਕਾਰ ਨੂੰ ਜਮ੍ਹਾਂ ਕਰਾ ਦਿੱਤੀ ਸੀ ਇਨ ਟਾਈਮ, ਪਰੰਤੂ ਪੰਜਾਬ ਸਰਕਾਰ ਨੇ 6,800 ਰੁਪਏ ਏਕੜ ਤੋਂ ਵੱਧ ਮੁਆਵਜ਼ਾ ਨਹੀਂ ਦਿੱਤਾ ਹੈਗਾ, ਜਿਹੜੇ ਮੁਰਗੀ ਅਤੇ ਬੱਕਰੀ ਦੇ ਮੁਆਵਜ਼ਾ ਦੇਣ ਦੀ ਗੱਲ ਕਰਦੇ ਸੀ। ਅਗਲੀ ਗੱਲ, ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਕੇ ਆਈਆਂ ਨੇ ਅਤੇ ਹੁਣ ਜਿਮਣੀ ਚੋਣਾਂ ਦਾ ਅਗਲਾ ਸਮਾਂ, ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਆਪਦੀ ਵਿਉਂਤਬੰਦੀ ਬਣਾਈ ਆ। ਕਿਉਂਕਿ ਪੰਜਾਬ ਸਰਕਾਰ ਦਾ ਰਵੱਈਆ ਸਪੈਸ਼ਲੀ ਪਟਵਾਰ ਯੂਨੀਅਨ ਦੇ ਪ੍ਰਤੀ ਬੜਾ ਨਿੰਦਣਯੋਗ ਰਿਹਾ। ਪਿਛਲੇ 10 ਮਹੀਨੇ ਸਾਨੂੰ ਕੋਈ ਵੀ ਅਫੀਸ਼ੀਅਲ ਮੀਟਿੰਗ ਸਰਕਾਰ ਵੱਲੋਂ ਨਹੀਂ ਦਿੱਤੀ ਗਈ, ਔਰ ਸਾਡਾ ਉਹਦੇ ਵਿੱਚ 1100 ਸਾਡੀਆਂ ਪੋਸਟਾਂ ਜਿਹੜੀਆਂ ਨੇ ਉਹ ਇਹਨਾਂ ਨੇ ਘਟਾਉਣ ਦਾ ਮਤਲਬ ਨੋਟੀਫਿਕੇਸ਼ਨ ਜਾਰੀ ਕੀਤਾ, ਜਿਹਨੂੰ ਅਸੀਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਚੈਲੇਂਜ ਕੀਤਾ, ਜਿਹਦੇ ਵਿੱਚ 2 ਸਤੰਬਰ ਦੀ ਅਗਲੀ ਸੁਣਵਾਈ ਆ। ਇਹ ਸਾਰੇ ਮਸਲਿਆਂ ਦੇ ਉੱਪਰ ਅੱਜ ਅਸੀਂ ਉਰੇ ਵਿਉਂਤਬੰਦੀ ਬਣਾਈ ਆ ਕਿ ਜਿਹੜੀਆਂ 5 ਜਿਮਣੀ ਚੋਣਾਂ ਜਿਹਦੇ 'ਚ ਪਹਿਲਾਂ ਜਲੰਧਰ ਮੁਕਾਮ ਦੇ ਉੱਪਰ ਚੋਣ ਹੋਣੀ ਆ, ਉਹਨਾਂ ਦੇ ਵਿੱਚ ਡਟ ਕੇ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾਊਗਾ, ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਝੂਠੀਆਂ ਗਰੰਟੀਆਂ ਨੇ ਵਾਰੰਟੀਆਂ ਨੇ ਉਹਨਾਂ ਦਾ ਭਾਂਡਾ ਭੰਨਿਆ ਜਾਊਗਾ। ਜਿਵੇਂ 18/11/2022 ਨੂੰ ਪੰਜਾਬ ਸਰਕਾਰ ਨੇ ਲਗਭਗ 4.5 ਕਰੋੜ ਦੇ ਇਸ਼ਤਿਹਾਰ ਜਾਰੀ ਕੀਤੇ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ, ਉਹਨਾਂ ਦੀ ਪੈਨਸ਼ਨ ਬਹਾਲ ਹੋ ਗਈ। ਹਰੇਕ ਅਖਬਾਰ ਦੇ ਹਰੇਕ ਚੈਨਲ ਦੇ ਵਿੱਚ ਇਹ ਖਬਰ ਆਈ ਸੀ, ਪਰੰਤੂ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਨਹੀਂ ਹੋਇਆ। ਇਹਦੇ ਸੰਬੰਧ ਦੇ ਵਿੱਚ ਇੱਕ CPF ਕਰਮਚਾਰੀ ਯੂਨੀਅਨ ਜਿਹੜੀ ਇੱਕੋ ਇੱਕ ਮੰਗ 'ਤੇ ਲੜ ਰਹੀ ਆ, ਉਹਨਾਂ ਨੇ ਜਲੰਧਰ ਮੁਕਾਮ ਦੇ ਉੱਪਰ 27 ਤਰੀਕ ਦੀ ਰੈਲੀ ਰੱਖੀ ਆ। ਉਹ 27 ਤਰੀਕ ਦੀ ਰੈਲੀ ਦੇ ਵਿੱਚ ਪਟਵਾਰ ਯੂਨੀਅਨ ਵੱਧ ਚੜ੍ਹ ਕੇ ਉਹ 'ਚ ਹਾਜ਼ਰ ਹੋਊਗੀ, ਔਰ ਪਟਵਾਰ ਯੂਨੀਅਨ ਦਾ ਜਿਹੜਾ ਹੈੱਡਕੁਆਟਰ ਆ, ਜੋ ਸਾਡਾ DLR ਦਫ਼ਤਰ ਜਲੰਧਰ, ਉਹ ਇਸ ਜਿਮਣੀ ਚੋਣ ਦਾ ਜਿਹੜਾ ਹਿੱਸਾ ਉਹਦੀ ਪੈਰਾਫੇਰੀ ਦੇ ਵਿੱਚ ਪੈਂਦਾ। ਅਸੀਂ ਜੁਲਾਈ ਦੇ ਪਹਿਲੇ ਹਫ਼ਤੇ ਅਗਰ ਸਾਡੀਆਂ ਵਿਭਾਗੀ ਮੰਗਾਂ ਜਿਹੜੀਆਂ DLR ਕੋਲ ਪੈਂਡਿੰਗ ਨੇ, ਜਾਂ FCR ਸਾਹਿਬ ਕੋਲ ਪੈਂਡਿੰਗ ਨੇ, ਜਾਂ ਸਰਕਾਰ ਕੋਲ ਪੈਂਡਿੰਗ ਨੇ, ਸਾਡੀਆਂ ਉਹ ਮੰਗਾਂ ਨਾ ਮੰਨੀਆਂ ਗਈਆਂ, ਤਾਂ ਅਸੀਂ ਜੁਲਾਈ ਦੇ ਪਹਿਲੇ ਹਫ਼ਤੇ DLR ਦਫ਼ਤਰ ਜਲੰਧਰ ਵਿਖੇ ਰੈਲੀ ਕਰਕੇ ਉਸ ਏਰੀਏ ਦੇ ਵਿੱਚ ਰੋਸ ਮਾਰਚ ਪੰਜਾਬ ਸਰਕਾਰ ਦੇ ਖਿਲਾਫ਼ ਕਰਾਂਗੇ, ਔਰ ਜਿਹੜੀਆਂ ਅਗਲੀਆਂ 4 ਜਿਮਣੀ ਚੋਣਾਂ ਨੇ ਉਹਦੇ ਵਿੱਚ ਵੀ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪਟਵਾਰ ਯੂਨੀਅਨ ਪੰਜਾਬ ਸਰਕਾਰ ਦਾ ਡਟਵਾਂ ਵਿਰੋਧ ਕਰੂਗੀ। ਅਗਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ, ਜਾਂ ਸਾਡੀਆਂ 1100 ਜਿਹੜੀਆਂ ਪੋਸਟਾਂ ਘਟਾਈਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਜਾਂਦਾ, ਕਿਉਂਕਿ ਇਹ 1100 ਮੌਕੇ ਪੰਜਾਬ ਦੇ ਨੌਜਵਾਨਾਂ ਤੋਂ ਪੰਜਾਬ ਸਰਕਾਰ ਨੇ ਖੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਆਬਾਦੀ ਵੀ ਵਧੀਆ, ਪੰਜਾਬ ਦਾ ਸ਼ਹਿਰੀਕਰਨ ਹੋਇਆ, ਜ਼ਿਲ੍ਹਿਆਂ ਦੀ ਗਿਣਤੀ ਵਧੀਆ, ਤਹਿਸੀਲਾਂ ਦੀ ਗਿਣਤੀ ਵਧੀਆ, ਕੋਈ ਵੀ ਗਰਾਊਂਡ ਨਹੀਂ ਬਣਦਾ ਕਿ ਪਟਵਾਰੀ ਦੀ ਪੋਸਟ ਘੱਟ ਜਾਵੇ। ਇਹ ਅੱਜ ਸਾਡਾ ਪਟਵਾਰ ਦੇ ਕਾਨੂੰਨ ਯੂਨੀਅਨ ਬਿਲਕੁਲ ਦੇਖੋ ਇਕੱਠੀ ਹੈ ਜੀ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਇਹਦੇ ਵਿੱਚ ਉਹ ਨਹੀਂ, ਕਿਉਂਕਿ 100% ਪਟਵਾਰੀ ਦੇ ਵਿੱਚ ਹੀ ਕਾਨੂੰਨ ਨੇ ਭਰਤੀ ਹੋਣਾ। ਪਟਵਾਰ ਯੂਨੀਅਨ ਕਾਨੂੰਨ ਯੂਨੀਅਨ ਦਾ ਜੋ ਵੀ ਪ੍ਰੋਗਰਾਮ ਆ ਉਹ ਸਾਂਝੇ ਤੌਰ 'ਤੇ ਹੀ ਉਲੀਕਿਆ ਜਾਂਦਾ। ਅੱਜ ਸਾਡੇ ਵਿੱਚ ਕਾਨੂੰਨ ਯੂਨੀਅਨ ਦੇ ਜਨਰਲ ਸਕੱਤਰ ਸਾਹਿਬ ਹਾਜ਼ਰ ਨੇ ਅਤੇ ਅੱਜ ਸਾਰੇ ਫੈਸਲੇ ਜਿਹੜੇ ਸਰਬਸੰਮਤੀ ਨਾਲ ਲਏ ਗਏ ਨੇ, ਔਰ ਜਿਹੜੀ ਪੰਜਾਬ ਸਰਕਾਰ ਨੂੰ ਇੱਥੋਂ ਫਿਰ ਇੱਕ ਵਾਰ ਅਸੀਂ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੋ ਖੁਦ ਇੱਕ ਮੁਲਾਜ਼ਮ ਦੇ ਬੱਚੇ ਨੇ, ਵੀ ਪੰਜਾਬ ਜਿਹਦੇ ਅਸਲੀ ਜਿਹੜੀ ਮਤਲਬ ਸਰਕਾਰ ਆ ਉਹ ਪੰਜਾਬ ਦੇ ਮੁਲਾਜ਼ਮ ਨੇ, ਪੰਜਾਬ ਦੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਸੁਣੋ, ਦੁੱਖ ਤਕਲੀਫਾਂ ਦੂਰ ਕਰੋ, ਤਾਂ ਜੋ ਆਪਾਂ ਪੰਜਾਬ ਦੀ ਜਨਤਾ ਨੂੰ ਰਿਲੀਫ ਦੇ ਸਕੀਏ। ਇਕੱਲੇ ਇਸ਼ਤਿਹਾਰ ਜਾਂ ਵੋਟ ਲਾਉਣ ਨਾਲ ਜਨਤਾ ਦੇ ਸਮੱਸਿਆਵਾਂ ਹੱਲ ਨਹੀਂ ਹੋਣੀਆਂ, ਚਾਹੇ ਉਹ NOC ਦਾ ਮਸਲਾ, ਚਾਹੇ ਉਹ ਤਹਿਸੀਲਾਂ ਦੇ ਵਿੱਚ ਸਹੂਲਤਾਂ ਦਾ ਮਸਲਾ, ਕਿਉਂਕਿ ਕਿਸੇ ਵੀ ਤਹਿਸੀਲ ਸਬ ਰਜਿਸਟਰ ਆਫਿਸ ਦੇ ਵਿੱਚ ਜਦੋਂ ਪਬਲਿਕ ਜਾਂਦੀ ਆ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ, 2.5 ਸਾਲ ਦੇ ਵਿੱਚ ਕੋਈ ਉੱਥੇ ਬਦਲਾਅ ਨਹੀਂ ਆਇਆ। ਅੱਜ ਪੂਰੇ ਪੰਜਾਬ ਦੀ ਮੀਟਿੰਗ ਸੀ, ਸਾਡੇ ਸਮੁੱਚੇ ਜ਼ਿਲ੍ਹਾ ਪ੍ਰਧਾਨ ਅਤੇ ਸਾਡੇ ਨੁਮਾਇੰਦਾ ਪੰਜਾਬ ਹਾਜ਼ਰ ਹੋਏ ਨੇ।